ਅੱਜ ਜਦੋਂ ਸਵੇਰ ਦੀ ਮੈਂ ਸਮਝਦਾ ਖਬਰ ਪੜ੍ਹੀ ਆ ਵੀ ਸਾਡੇ ਹੋਮਗਾਰਡ ਦੇ ਜਿਹੜੇ ਸ਼ਹੀਦ ਹੋ ਗਏ ਕਪੂਰਥਲਾ ਜ਼ਿਲ੍ਹੇ 'ਚ ਸੁਲਤਾਨਪੁਰ ਲੋਧੀ ਥਾਣੇ, ਆਪਣੇ ਪਿਤਾ ਦੀ ਡੈਥ ਤੋਂ ਬਾਅਦ ਉਹਨਾਂ ਦੇ ਥਾਂ ਨੌਕਰੀ ਮਿਲੀ ਸੀ, ਜੌਬ ਮਿਲੀ ਸੀ, ਅਤੇ ਅੱਜ ਉਹਨਾਂ ਦਾ ਬੇਟਾ ਵੀ ਅੱਜ ਸ਼ਹੀਦ ਹੋ ਗਿਆ ਪੰਜਾਬ ਪੁਲਿਸ 'ਚ। ਇਹ ਮੈਂ ਹੈਰਾਨ ਹਾਂ, 40-50 ਇਹ ਵੈਪਨ ਸੀ ਇਹਨਾਂ ਕੋਲ, ਇਹ ਕੀ ਹੋ ਕੀ ਗਿਆ ਪੰਜਾਬ 'ਚ? ਤੁਸੀਂ ਗੁਰਦੁਆਰੇ ਸਾਹਿਬ ਦੇ ਕਬਜ਼ਿਆਂ ਪਿੱਛੇ ਲੜ ਰਹੇ ਹੋ? ਗੁਰਦੁਆਰਾ ਸਾਹਿਬ ਸੇਵਾ ਏ, ਲੋਕਾਂ ਨੇ ਆ ਪਵਿੱਤਰ ਦਿਹਾੜੇ 'ਤੇ, ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਦਿਹਾੜਿਆਂ 'ਤੇ ਉੱਥੇ ਜਾਣਾ ਸੀ, ਅਤੇ ਤੁਸੀਂ ਹਰ ਜਗ੍ਹਾ ਬੈਠੇ ਹੋ, ਗੋਲੀਆਂ, ਬੰਦੂਕ, ਪਰਚੇ ਚੱਕੀ, ਗੁਰਦੁਆਰਿਆਂ 'ਚ ਤੁਸੀਂ ਕਰ ਕੀ ਰਹੇ ਹੋ? ਤੁਹਾਡੀ ਲੋੜ ਕੀ ਹੈ ਗੁਰਦੁਆਰਿਆਂ 'ਚ? ਗੁਰੂਆਂ ਦੇ ਗੁਰਦੁਆਰੇ ਆ, ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਣ ਜਾਣਾ ਹੈ, ਤੁਸੀਂ ਕੌਣ, ਕੀ ਕਰਨ ਲੱਗੇ ਹੋਏ ਤੁਸੀਂ? ਤੁਹਾਨੂੰ ਪਤਾ ਵੀ ਇਹ ਬੜੇ ਦਿਨ ਹੁੰਦੇ ਆ, ਵੱਡੇ ਦਿਨਾਂ 'ਤੇ ਲੋਕਾਂ ਨੇ ਆਉਣਾ, ਵੱਡਾ ਚੜਾਵਾ ਚੜ੍ਹਨਾ, ਅਤੇ ਤੁਸੀਂ ਖੂਨ ਦੇ ਪਿਆਸੇ ਹੋ ਜਾਂਦੇ ਹੋ। ਦੋ ਧਿਰਾਂ ਤੁਸੀਂ ਇੱਕ ਗੁਰਦੁਆਰੇ 'ਤੇ ਕਬਜ਼ਾ ਕਰਨ ਲਈ, ਅਤੇ ਜੇ ਤੁਹਾਨੂੰ ਰੋਕਣਗੇ ਤਾਂ ਪੁਲਿਸ ਵਾਲਿਆਂ ਨੂੰ ਤੁਸੀਂ ਸਿੱਧੀਆਂ ਗੋਲੀਆਂ ਮਾਰ ਕੇ ਮਾਰ ਦਿੰਦੇ ਹੋ, ਕਹਿੰਦੇ ਹੋ ਆ ਜੇ ਪੁਲਿਸ ਦੇ ਬੈਠੇ ਹਾਂ ਅਸੀਂ, ਹੋਰ ਚੂੜੀਆਂ ਥੋੜ੍ਹੀ ਪਾਈਆਂ। ਅੱਜ ਮੈਨੂੰ ਇਹ ਦੱਸੋ, ਜੇ ਖੁਦਾ ਨਾ ਖਾਸਾ ਜੇ ਅੱਜ ਪੁਲਿਸ ਦੀ ਗੋਲੀ ਨਾਲ ਕੋਈ ਉੱਥੇ ਮਰਿਆ ਹੁੰਦਾ ਤਾਂ ਤੁਸੀਂ ਦੇਖੋ ਕਿੱਡੀ ਬੜੀ ਗੱਲ ਬਣਾ ਲੈਣੀ ਸੀ ਵੀ ਕੀ ਸਾਡੇ ਪੰਜਾਬੀਆਂ ਨਾਲ, ਸਾਡੇ ਨਾਲ ਕੀ ਹੋ ਰਿਹਾ। ਪਰ ਅੱਜ ਜੇ ਪੁਲਿਸ ਵਾਲਾ ਸ਼ਹੀਦ ਹੋ ਗਿਆ, ਉਹ ਵੀ ਵਰਦੀ 'ਚ ਜਿਹਦੀ ਡਿਊਟੀ ਆ, ਤੁਸੀਂ ਅੱਜ ਕੋਈ ਨਹੀਂ ਬੋਲ ਰਹੇ, ਅੱਜ ਚੁੱਪ ਕਰੇ ਬੈਠੇ ਹੋ ਤੁਸੀਂ। ਮੈਂ ਸਲਾਮ ਕਰਦਾ ਇਸ ਪੁਲਿਸ ਵਾਲੇ ਨੂੰ ਜਿਹੜੇ ਕਿ ਦੋ ਦਿਨ ਦੇ ਲੱਗੇ ਹੋਏ ਸੀ ਵੀ ਇਹਨਾਂ ਦਾ ਟਕਰਾਅ ਨਾ ਹੋਵੇ ਆਪਸ ਵਿੱਚ, ਉਹ ਟਕਰਾਅ ਨੂੰ ਤੁਹਾਨੂੰ ਬਚਾਉਂਦੇ ਹੋਏ ਵੀ ਤੁਹਾਡੇ ਬੁੱਢੇ ਦਲ ਅਤੇ ਦੂਜੇ ਦਲ ਜਿਹੜੇ ਨੇ ਉਹਨਾਂ 'ਚ ਨਾ ਟਕਰਾਅ ਹੋ ਜਾਵੇ 96 ਕਰੋੜੀ, ਅਤੇ ਉਹ ਆਪਣੀ ਜਾਨ ਦੇ ਗਿਆ। ਮੈਂ ਉਹਨੂੰ ਸਲੂਟ ਕਰਦਾ, ਉਹਦੇ ਪਰਿਵਾਰ ਨੂੰ ਸਲੂਟ ਕਰਦਾ, ਅਤੇ ਉਹਦੇ ਪਰਿਵਾਰ ਨਾਲ ਸਾਰੀ ਪੁਲਿਸ ਨਾਲ ਖੜ੍ਹੇ ਹਾਂ। ਜੇ ਪੁਲਿਸ ਮਜ਼ਬੂਤ ਨਹੀਂ ਰਹੂ ਤਾਂ ਇਸੇ ਤਰੀਕੇ ਨਾਲ ਲੁੱਟਾਂ, ਖੂਹਾਂ, ਨਸ਼ਾ ਜਿਸ ਤਰੀਕੇ ਨਾਲ ਹੋ ਰਿਹਾ ਪੰਜਾਬ 'ਚ, ਕਿਉਂਕਿ ਪੁਲਿਸ ਡਰਦੀ ਆ, ਜੇ ਪੁਲਿਸ ਕਿਸੇ ਨੂੰ ਹੱਥ ਪਾਉਂਦੀ ਆ ਤਾਂ ਤੁਸੀਂ ਉਹਦੇ ਮਗਰ ਪੈ ਜਾਂਦੇ ਹੋ। ਇਸ ਕਰਕੇ ਇਹ ਰਵੱਈਆ ਬਦਲੋ। ਅੱਜ ਪੁਲਿਸ ਵਾਲਾ ਸ਼ਹੀਦ ਹੋਇਆ, ਮੈਂ ਬਹੁਤ ਅੱਜ ਦੁੱਖ ਨਾਲ ਇਹ ਕਹਿਣਾ ਚਾਹੁੰਦਾ ਵੀ ਉਹ ਆਪਣੀ ਕਾਰਵਾਈ ਕਰਦਾ ਕਰਦਾ, ਭਗਵੰਤ ਮਾਨ ਸਾਹਿਬ ਤੁਹਾਡੀ ਸਰਕਾਰ ਆ, ਤੁਸੀਂ ਲਾਅ ਐਂਡ ਆਰਡਰ ਉਹਦੇ ਮਜ਼ਬੂਤੀ ਨਾਲ ਤੁਸੀਂ ਲਾਗੂ ਕਰਨਾ, ਇਹੋ ਜਿਹੇ ਬੰਦੇ ਇਹਨਾਂ ਨੂੰ ਕੌਣ ਲਾਇਸੈਂਸ ਦਿੰਦਾ ਹੈ? ਕਿਵੇਂ ਇਹਨਾਂ ਕੋਲ ਹਥਿਆਰ ਨੇ ਵੀ ਚੱਕ ਕੇ ਇਹ ਪੁਲਿਸ ਵਾਲਿਆਂ 'ਤੇ ਗੋਲੀਆਂ ਮਾਰ ਜਾਣ? ਫਿਰ ਆਮ ਬੰਦੇ ਦਾ ਉਰੇ ਰਹਿ ਕੀ ਗਿਆ ਪੰਜਾਬ 'ਚ? ਸਖ਼ਤ ਕਾਰਵਾਈ ਕਰੋ ਸੀਐਮ ਸਾਹਿਬ, ਤੁਹਾਡੀ ਸਰਕਾਰ ਦਿਖਣੀ ਚਾਹੀਦੀ ਆ ਵੀ ਇਹ ਤਾਂ ਇਹੋ ਜਿਹਾ ਹਿੰਮਤ ਨਾ ਕਰੇ ਕੋਈ ਪੁਲਿਸ ਦੇ ਉੱਤੇ ਕੋਈ ਗੋਲੀ ਚਲਾਉਣ ਦੀ। ਇਸ ਕਰਕੇ ਇਹਦਾ ਬਹੁਤ ਵੱਡਾ ਇੰਤਜ਼ਾਰ ਕਰਾਂਗੇ ਤੁਹਾਡੇ, ਕਿਸ ਤਰੀਕੇ ਦਾ ਤੁਸੀਂ ਫੈਸਲਾ ਕਰਦੇ ਹੋ। ਆਮ ਲੋਕ ਸ਼ਾਂਤੀ ਚਾਹੁੰਦੇ ਆ, ਗੁਰਦੁਆਰਾ ਸਾਹਿਬ ਮੱਥਾ ਟੇਕਣ ਸ਼ਾਂਤੀ ਚਾਹੁੰਦੇ ਆ, ਤੁਸੀਂ ਉਹ ਗੁਰਦੁਆਰਿਆਂ ਸਾਹਿਬ 'ਚ ਵੀ ਇਹ ਹਥਿਆਰ ਲੈ ਬੈਠੇ ਆ ਲੋਕ, ਸਾਰੇ ਗੁਰਦੁਆਰਿਆਂ 'ਚ ਜਿਹੜੇ ਹਥਿਆਰ ਲੋਕ ਬੈਠੇ ਆ ਲੈ ਕੇ, ਉਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਵੀ ਲੋਕ, ਬੱਚੀ ਨਵੀਂ ਪੀੜ੍ਹੀ ਉੱਥੇ ਹਥਿਆਰਾਂ ਨੂੰ ਦੇਖਦੀ ਆ ਜਾ ਵੀ ਕਿਸ ਲਈ ਚੱਕੇ ਹੋਏ ਆ ਇਹਨਾਂ ਨੇ। ਅਤੇ ਸ਼ਹੀਦ ਹੋਇਆ ਜਸਪਾਲ ਸਿੰਘ, ਦੇਖੋ ਅੱਜ ਜਸਪਾਲ ਸਿੰਘ ਸ਼ਹੀਦ ਕਾਹਦੇ ਲਈ ਹੋਏ? ਅਮਨ ਸ਼ਾਂਤੀ ਲਈ, ਵੀ ਆਪਸ ਵਿੱਚ ਦੇਖੋ, ਮੈਨੂੰ ਇਹ ਨਹੀਂ ਆਉਂਦਾ, ਚਿੱਟੀਆਂ ਦਾੜੀਆਂ ਵਾਲੇ ਬਜ਼ੁਰਗ ਨੇ ਇਹਨਾਂ ਨੇ ਕੀ ਗੋਲੀਆਂ ਮਾਰ ਕੇ, ਸਿਰਫ ਕੀ ਵੀ ਉਹ ਗੋਲਕ ਦਾ ਪੈਸਾ ਉੱਥੇ ਜਿਹੜਾ ਚੜਾਵਾ ਚੜ੍ਹਦਾ, ਉੱਥੇ ਜੋ ਹੋਰ ਬਹੁਤ ਕੁਛ ਲੋਕ ਆਪਣੇ ਮੰਨਤਾਂ ਪੂਰੀਆਂ ਹੁੰਦੀਆਂ ਗੁਰੂ ਦੇ, ਹੋਰ ਬੜੇ ਚੜਾਵੇ ਚੜ੍ਹਦੇ ਆ, ਸੋਨਿਆਂ ਤੋਂ ਲੈ ਕੇ ਫਲ ਫਰੂਟ ਤੋਂ ਲੈ ਕੇ ਸਭ ਕੁਛ, ਅਤੇ ਇਹ ਉਸ ਦੀ ਲੜਾਈ, ਉਸ ਕਰਕੇ ਗੁਰਦੁਆਰੇ ਕਬਜ਼ੇ ਕਰਦੇ ਆ, ਜਿਵੇਂ ਉੱਥੇ ਪੰਨੂ ਵਰਗੇ ਕਬਜ਼ੇ ਕਰੀ ਬੈਠੇ ਆ, ਇੱਥੇ ਇਹ ਲੋਕ ਗੁਰਦੁਆਰੇ ਸਾਹਿਬ ਕਬਜ਼ੇ ਕਰਦੇ ਆ। ਦੂਜੀ ਗੱਲ ਮੈਂ ਇਹ ਕਹਿ ਰਿਹਾ ਸੀ ਵੀ ਤੁਸੀਂ ਅੱਜ ਇੱਕ ਪੁਲਿਸ ਵਾਲਾ ਸ਼ਹੀਦ ਹੋਇਆ ਨਾ, ਅੱਜ ਤੋਂ ਇਹੀ ਜਦੋਂ ਕੇਸ ਚੱਲਦਾ ਰਹੂਗਾ, ਇੱਕ ਦਹਾਕੇ, ਦੋ ਦਹਾਕੇ, 10 ਸਾਲ 15 ਸਾਲ ਬਾਅਦ ਜਿਹਨੇ ਇਹਨਾਂ ਨੂੰ ਮਾਰਿਆ ਉਸ ਵੇਲੇ ਇਹਨੂੰ ਸ਼ਹੀਦ ਬਣਾ ਦੇਣਗੇ। ਜਿਹੜਾ ਵਰਦੀ 'ਚ ਹੋਊਗਾ ਪੁਲਿਸ ਵਾਲਾ, ਉਹ ਤਾਂ ਸਰਕਾਰ ਦਾ ਹੋਊਗਾ, ਉਹ ਤਾਂ ਸਰਕਾਰੀ ਬੰਦਾ ਹੋਊਗਾ, ਉਹ ਤਾਂ ਦਿੱਲੀ ਵਾਲਾ ਕਹਿ ਦੇਣਗੇ ਉਹਨੂੰ, ਇਹਨੂੰ ਹੋਰ ਕੁਛ ਕਹਿ ਦੇਣਗੇ। ਅਤੇ ਜਿਹੜਾ ਇਹ ਨਿਹੰਗ ਸਿੰਘ ਜਾਂ ਜੋ ਵੀ ਹੈ ਜਿਹਨੇ ਇੱਕ ਪੁਲਿਸ ਵਾਲੇ ਨੂੰ ਡਿਊਟੀ ਕਰਦੇ ਨੂੰ ਸ਼ਹੀਦ ਕੀਤਾ ਹੈ,
ਇਹਨੂੰ 20 ਸਾਲ ਬਾਅਦ ਕਹਿਣਗੇ ਜੀ ਬੰਦੀ ਸਿੱਖ, ਬੰਦੀ ਸਿੱਖਾਂ ਨੂੰ ਲੈ ਛਡਾਉਣ ਲਈ ਮੋਰਚਾ ਲਾਉਣਾ, ਜਿਵੇਂ ਰਾਜੂਆਂ ਨੇ ਹਵਾਰੇ ਵਰਗਿਆਂ ਨੂੰ ਅੱਜ। ਇਹ ਉਹੀ ਤਰੀਕੇ ਦੇ ਕਾਤਲ ਨੇ। ਅੱਜ ਉਹ ਗਰੀਬ ਪਰਿਵਾਰ ਦੇਖੋ, ਇੱਕ ਐਸੀ ਪਰਿਵਾਰ ਚੋਂ, ਗਰੀਬ ਪਰਿਵਾਰ ਚੋਂ ਉਹ ਆ ਜਸਪਾਲ ਸਿੰਘ, ਜਿਹਦੇ ਫਾਦਰ ਦੀ ਡੈਥ ਹੋਈ ਅਤੇ ਇਹਦੋਂ ਉੱਥੇ ਨੌਕਰੀ ਉਹਨੂੰ ਮਿਲੀ, ਉਹਨੂੰ ਤੁਸੀਂ ਅੱਜ ਸ਼ਹੀਦ ਕਰਤਾ। ਪਰ ਇਹੀ ਯਾਦ ਰੱਖਿਓ ਮੇਰੀ ਗੱਲ, ਇਹਨਾਂ ਦੀਆਂ ਫੋਟੋਆਂ ਗੁਰਦੁਆਰਿਆਂ 'ਚ ਲਾਵੋਂਗੇ ਤੁਸੀਂ ਅਤੇ ਇਹ ਕਹੋਗੇ ਇਹ ਬਹੁਤ ਵੱਡਾ ਇਹਦੀ ਕੁਰਬਾਨੀ ਸੀ ਜੀ, ਪੁਲਿਸ ਵਾਲੇ ਨੂੰ ਮਾਰਿਆ ਸੀ। ਉਦੋਂ ਭੁੱਲ ਜਾਣਗੇ ਲੋਕ, ਪਤਾ ਨਹੀਂ ਹੋਊਗਾ ਵੀ ਇਹ ਕਹਿਣਗੇ ਵੀ ਗੁਰਦੁਆਰੇ 'ਤੇ ਪੁਲਿਸ ਵਾਲੇ ਕਬਜ਼ਾ ਕਰਨ ਆਏ ਸੀ। ਇਹ ਨਹੀਂ ਦੱਸਣਾ ਵੀ ਇਹ ਆਪਸ ਵਿੱਚ ਲੜਦੇ ਗੁਰਦੁਆਰਿਆਂ 'ਤੇ, ਦੋ ਜਥੇਬੰਦੀਆਂ ਨੂੰ ਉਹਨੂੰ ਪੁਲਿਸ ਵਾਲੇ ਬਚਾਉਣ ਆਏ ਸੀ ਲੋਕਾਂ ਲਈ, ਗੁਰਦੁਆਰੇ ਸੁਰੱਖਿਅਤ ਰੱਖਣ ਲਈ। ਮੈਂ ਦੁਬਾਰਾ ਇੱਕ ਗਰੀਬ ਪਰਿਵਾਰ, ਇੱਕ ਐਸੀ ਪਰਿਵਾਰ 'ਚੋਂ ਸਾਡੇ ਪੁਲਿਸ ਵਾਲਾ ਜਿਹੜਾ ਸ਼ਹੀਦ ਹੋਇਆ ਹੈ ਉਹਨੂੰ ਫਿਰ ਇੱਕ ਵਾਰੀ ਸਲੂਟ ਕਰਦਾ, ਸਲਾਮ ਕਰਦਾ ਅਤੇ ਸਰਕਾਰ ਸਖਤੀ ਨਾਲ ਇਹ ਫੈਸਲਾ ਕਰੇ। ਠੀਕ ਆ ਉਹ ਪਰਿਵਾਰ ਦਾ, ਬਾਕੀ ਸਭ ਕੁਛ ਹੋ ਜਾਣਾ ਹੈ, ਇਹ ਸਮਝੌਤੇ ਵੀ ਹੋ ਜਾਣਗੇ, ਇਹ ਗੁਰਦੁਆਰਿਆਂ ਦੇ ਕਬਜ਼ੇ ਵੀ ਹੋ ਜਾਣਗੇ, ਪਰ ਜਿਨ੍ਹਾਂ ਦਾ ਗਿਆ ਉਹਨੇ ਘਰੇ ਵਾਪਸ ਨਹੀਂ ਆਉਣਾ। ਤਾਂ ਹੀ ਮੈਂ ਹਮੇਸ਼ਾ, ਮੈਨੂੰ ਤੁਸੀਂ ਕਹਿੰਦੇ ਹੋ, ਮੈਂ ਇਸੇ ਕਰਕੇ ਕਹਿੰਦਾ ਰਹਿੰਦਾ ਵੀ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਉਣੀ ਚਾਹੀਦੀ ਆ, ਨੱਥ ਪਾਉਣੀ ਚਾਹੀਦੀ। ਧੰਨਵਾਦ।